ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਸਾਰੇ ਦੇਸ਼ ਵਿੱਚ 14 ਅਪ੍ਰੈਲ ਤੱਕ ਲੋਕਡਾਊਨ ਕੀਤਾ ਗਿਆ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ, ਜਿਸ ਦੇ ਚੱਲਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ। ਤੇ ਉੱਥੇ ਹੀ ਦਿਹਾੜੀਦਾਰ ਮਜ਼ਦੂਰ ਪਰਿਵਾਰਾਂ ਦਾ ਵੀ ਬੁਰਾ ਹਾਲ ਹੈ, ਜਿਨ੍ਹਾਂ ਨੇ ਦਿਹਾੜੀ ਕਰਕੇ ਆਪਣਾ ਘਰ ਚਲਾਉਣਾ। ਉਹਨਾਂ ਦੇ ਪਰਿਵਾਰਾਂ ਨੂੰ ਇਸ ਤੋਂ ਨਿਜਾਤ ਦਿਲਾਉਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਆਪਣੇ ਆਪਣੇ ਇਲਾਕਿਆਂ ਵਿੱਚ ਗਰੀਬ ਪਰਿਵਾਰਾਂ ਦੀ ਭਾਲ ਕਰ ਜ਼ਰੂਰੀ ਸਮਾਨ ਰਾਸ਼ਨ ਇਹਨਾਂ ਪਰਿਵਾਰਾਂ ਵਿੱਚ ਇਹਨਾਂ ਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕਰਕੇ ਇਹਨਾਂ ਪਰਿਵਾਰਾਂ ਨੂੰ ਦਿੱਤਾ ਗਿਆ। ਇਸ ਮੌਕੇ ਤੇ ASP ਡੀ ਜਤਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੈਂ ਕਿਸੇ ਦੇ ਕੰਮ ਆ ਸਕਿਆ। ਉਹਨਾਂ ਨੇ ਕਿਹਾ ਕਿ 200 ਦੇ ਕੋਲ ਗਰੀਬ ਪਰਿਵਾਰਾਂ ਨੂੰ ਘਰੇਲੂ ਸਮਾਨ ਵੰਡਿਆ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸਲਾਮਾਬਾਦ ਇਲਾਕੇ ਦਾ ਰਹਿਣ ਵਾਲਾ ਹਾਂ ਤੇ ਮੇਰੇ ਇਲਾਕੇ ਵਿੱਚ ਵੀ ਕਾਫੀ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਅੱਜ ਰਾਸ਼ਨ ਵੰਡਿਆ ਗਿਆ ਹੈ, ਤੇ ਇਹਨਾਂ ਵਿੱਚੋਂ 50 ਦੇ ਕੋਲ ਗਰੀਬ ਪਰਿਵਾਰ ਅਡੋਪਟ ਵੀ ਕੀਤੇ ਗਏ ਜਿਨ੍ਹਾਂ ਨੂੰ ਮੈਂ ਕਿਸੇ ਵੀ ਚੀਜ਼ ਦੀ ਮੁਸ਼ਕਲ ਨਹੀਂ ਆਉਣ ਦੇਵਾਂਗਾ। ਇਹ ਹੁਣ ਮੇਰੇ ਪਰਿਵਾਰ ਦਾ ਹਿੱਸਾ ਨੇ। ਉਹਨਾਂ ਨੇ ਕਿਹਾ ਪੁਲਿਸ ਕੋਲ ਵੀ ਦਿਲ ਹੈ, ਉਹ ਵੀ ਇਨਸਾਨ ਹਨ। ਪੁਲਿਸ ਸਿਰਫ ਉਹਨਾਂ ਲੋਕਾਂ ਤੇ ਸਖਤੀ ਕਰਦੀ ਹੈ ਜਿਹੜੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਹਨ। ਮੈਨੂੰ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਦੇ ਬਾਕੀ ਮੈਂਬਰਸ ਵੱਲੋਂ ਜਦੋਂ ਰਾਸ਼ਨ ਵੰਡਣ ਬਾਰੇ ਕਿਹਾ ਗਿਆ ਤਾਂ ਮੈਨੂੰ ਇਹਨਾਂ ਦਾ ਸੁਝਾਅ ਬੜਾ ਚੰਗਾ ਲੱਗਿਆ। ਅੱਜ ਮਨ ਨੂੰ ਕੁਝ ਸਕੂਨ ਜਿਹਾ ਮਿਲਿਆ ਜਦੋਂ ਇਹਨਾਂ ਪਰਿਵਾਰਾਂ ਦੀ ਮੈਂ ਬਾਂਹ ਫੜੀ। ਇਸ ਮੌਕੇ ਤੇ ਡੀ ਜਤਿੰਦਰ ਦੀ ਪਤਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੀ ਜਿਹੜੀ ਇਹ ਬਿਮਾਰੀ ਫੈਲੀ ਹੈ ਉਸਦੇ ਚੱਲਦਿਆਂ ਜਿਹੜੇ ਗਰੀਬ ਲੋਕ ਘਰਾਂ ਵਿੱਚੋਂ ਬਾਹਰ ਦਿਹਾੜੀ ਨਹੀਂ ਲਗਾ ਸਕਦੇ ਉਹਨਾਂ ਪਰਿਵਾਰਾਂ ਨੂੰ ਅੱਜ ਮੈਂ ਤੇ ਮੇਰੇ ਪਤੀ ਤੇ ਸਾਰੇ ਪਰਿਵਾਰ ਵੱਲੋਂ ਰਾਸ਼ਨ ਵੰਡਿਆ ਗਿਆ ਤੇ ਅਸੀਂ 50 ਦੇ ਗਰੀਬ ਪਰਿਵਾਰ ਅਡੋਪਟ ਕੀਤੇ ਹਨ। ਦਲਜੀਤ ਕੌਰ, ਕੀ ਕਹਿਣਾ ਚਾਹੁੰਦੇ ਜੀ ਲੰਗਰ ਬਾਰੇ? ਇਹ ਵੀ ਹੈ ਜਿਹੜੀ ਕਰੋਪੀ ਮਹਾਂਮਾਰੀ ਚੱਲੀ ਹੈ, ਬਹੁਤ ਭਿਆਨਕ ਬਿਮਾਰੀ ਹੈ, ਲੋਕਾਂ ਨੂੰ ਇਹ ਤੋਂ ਬਚ ਕੇ ਰਹਿਣਾ ਚਾਹੀਦਾ। ਮੈਂ, ਮੇਰੇ ਹਸਬੈਂਡ ਡੀ ਜਤਿੰਦਰ, ACP ਟ੍ਰੈਫਿਕ ਐਂਡ ਸਪੈਸ਼ਲ ਬ੍ਰਾਂਚ, ਅਸੀਂ ਅਤੇ ਸਾਡਾ ਸਾਰਾ ਪਰਿਵਾਰ ਰਲ ਕੇ ਅਸੀਂ ਆਪਣੇ ਕੁਝ ਪਰਿਵਾਰ ਅਡੋਪਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਰਾਸ਼ਨ ਮੁਹੱਈਆ ਕਰ ਰਹੇ ਹਾਂ, ਜਿਹੜੇ ਕਿ ਆਪਣਾ ਬਾਹਰ ਜਾ ਕੇ ਆਪਣਾ ਕਾਰੋਬਾਰ ਨਹੀਂ ਪਸੰਦ ਨਹੀਂ ਕਰ ਸਕਦੇ, ਅਤੇ ਕਿਉਂਕਿ ਸਾਰੇ ਕਾਰੋਬਾਰ ਬੰਦ ਆ। ਬਾਕੀ ਸਭ ਨੂੰ ਇਹ ਆ ਵੀ ਜਿੰਨਾ ਜਿਸ ਨੂੰ ਜਿਸ ਦੀ ਤੇ ਲੋੜ ਆ ਸਾਨੂੰ ਦੱਸ ਸਕਦਾ, ਅਸੀਂ ਉਹਨੂੰ ਪ੍ਰੋਵਾਈਡ ਜ਼ਰੂਰ ਕਰਵਾਵਾਂਗੇ। ਅਤੇ ਜਿੰਨੇ ਵੀ ਜਿਵੇਂ ਪੁਲਿਸ ਸਾਰੇ ਕਰ ਰਹੀ ਆ, ਸਭ ਆਪਣੇ ਅੰਦਰਾਂ 'ਚ ਰਹਿਣ, ਘਰ ਰਹਿਣ, ਬਾਹਰ ਨਾ ਜਾਣ। ਸਭ ਨੂੰ ਇਹ ਰਿਕੁਐਸਟ ਆ ਕੋਈ ਬਾਹਰ ਨਾ ਜਾਵੇ, ਆਪਣੇ ਪਰਿਵਾਰ 'ਚ ਰਹਿਣ, ਆਪਣੇ ਪਰਿਵਾਰ 'ਚ ਦੇਖਭਾਲ ਕਰਨ। ਥੈਂਕ ਯੂ ਸਰ। ਅੱਜ ਮੈਂ ਆਪਣੀ ਪੰਜਾਬ ਪੁਲਿਸ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਕੁਛ ਗਰੀਬ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਵਿਤਰਨ ਕਰ ਰਿਹਾ ਵਾਂ, ਨਿਰਵੜ 200 ਦੇ ਕਰੀਬ ਮੈਂ ਜਿਹੜਾ ਰਾਸ਼ਨ ਵਿਤਰਨ ਅੱਜ ਕਰ ਰਿਹਾ ਵਾਂ, ਇਹਦੇ ਨਾਲ ਨਾਲ ਇਸ ਰਾਸ਼ਨ ਵਿਤਰਨ ਤੋਂ ਬਾਅਦ ਮੈਂ ਇਸ ਇਲਾਕੇ 'ਚ ਰਹਿਣ ਵਾਲਾ ਅਤੇ ਮੇਰੇ ਇਸ ਇਲਾਕੇ 'ਚ ਮੈਂ ਦੇਖਿਆ ਕੁਛ ਪਰਿਵਾਰ ਇਹੋ ਜਿਹੜਾ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹੈ, ਉਹਨਾਂ ਵਿੱਚੋਂ ਮੇਰੇ ਪਰਿਵਾਰ ਨੇ ਅਤੇ ਮੇਰੇ ਬੱਚਿਆਂ ਨੇ ਬਾਰੇ ਮੈਨੂੰ ਹੁਲਾਸ਼ਾ ਦਿੱਤੀ ਕਿ ਪਾਪਾ ਤੁਸੀਂ ਇਹ ਕੰਮ ਕਰੋ, ਅਤੇ ਉਹਦੇ ਵਿੱਚ ਮੈਂ 50 ਪਰਿਵਾਰ ਜਿਹੜੇ ਆ ਅਡੋਪਟ ਕਰ ਲਏ ਆ ਕਿ ਮਹਾਰਾਜ ਕਰੇ ਜਲਦੀ ਕਰੋਪੀ ਖਤਮ ਹੋ ਜਾਵੇ, ਪਰ ਇਹਨਾਂ 50 ਪਰਿਵਾਰਾਂ ਨੂੰ ਮੈਂ ਕਿਸੇ ਤਰ੍ਹਾਂ ਦੀ ਵੀ ਰਾਸ਼ਨ ਦੀ ਕਿਸੇ ਟਾਈਮ ਵੀ ਕਮੀ ਨਹੀਂ ਹੋਣ ਦਿਆਂਗਾ। ਇਹ ਮੇਰੇ ਪਰਿਵਾਰ ਨੇ, ਇਹ ਮੇਰੇ ਪਰਿਵਾਰ ਦੇ ਮੇਰੇ ਪਰਿਵਾਰ ਮੈਂਬਰ ਨੇ, ਇਹਨਾਂ ਨੂੰ ਮੈਂ ਇਹ ਜਿਹੜਾ ਰਾਸ਼ਨ ਹਰ ਟਾਈਮ ਹਰ ਵੇਲੇ ਮੁਹੱਈਆ ਕਰਵਾਵਾਂਗਾ। ਇਸ ਤੋਂ ਇਲਾਵਾ ਵੀ ਜਿਹੜੇ 200 ਅੱਜ ਮੈਂ ਪੈਕਟ ਦਿੰਦੇ ਹਾਂ, ਇਸ ਤੋਂ ਇਲਾਵਾ ਵੀ ਜੇ ਕਿਸੇ ਨੂੰ ਲੋੜ ਹੈ ਤਾਂ ਮੈਨੂੰ ਕਾਲ ਕਰ ਸਕਦਾ ਵਾ, ਮੈਂ ਉਹਦੇ ਕੋਲ ਰਾਸ਼ਨ ਜ਼ਰੂਰ ਪਹੁੰਚਾਵਾਂਗਾ। ਨਹੀਂ, ਮੈਂ ਕੱਲ੍ਹ ਵੀ ਇਸ ਸੰਬੰਧ ਵਿੱਚ 300 ਦੇ ਕਰੀਬ ਪੈਕਟ ਪਰਿਵਾਰਾਂ ਨੂੰ ਜਿਹੜਾ ਵਾ ਰਾਸ਼ਨ ਵਿਤਰਨ ਕੀਤਾ ਵਾ, ਉਹ ਮੇਰੇ ਡਿਪਾਰਟਮੈਂਟ ਵੱਲੋਂ ਸੀ। ਮੈਨੂੰ ਮਨ ਨੂੰ ਬਹੁਤ ਸ਼ਾਂਤੀ ਮਿਲ ਰਹੀ ਹੈ, ਮੈਂ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਕਿ ਮੈਂ ਕਿਸੇ ਦੇ ਕੰਮ ਆ ਸਕਿਆ ਆ ਰਿਹਾ। ਤੁਹਾਡੇ ਪਰਿਵਾਰ 'ਚੋਂ ਕੌਣ ਕੌਣ ਸਾਥ ਦੇ ਰਿਹਾ? ਮੇਰੇ ਨਾਲ ਮੇਰੇ ਪਰਿਵਾਰ 'ਚੋਂ ਮੇਰੇ ਬੱਚੇ ਵਾਰੋ ਸਾਥ ਦੇ ਰਹੇ, ਮੇਰੇ ਬ੍ਰਦਰ ਨੇ, ਮੇਰੇ ਫਾਦਰ ਸਾਹਿਬ ਨੇ, ਇਹ ਸਾਰੇ ਮੇਰਾ ਸਾਥ ਦੇ ਰਹੇ ਨੇ। ਹੁਣ ਮੇਰੇ ਨਾਲ ਮੇਰੇ ਬ੍ਰਦਰ ਨੇ, ਮੇਰੇ ਮਿਸਿਜ਼ ਨੇ, ਛੋਟੇ ਬ੍ਰਦਰ ਨੇ,
ਸਾਰੇ ਮੇਰਾ ਸਹਿਯੋਗ ਕਰ ਰਹੇ ਨੇ। ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ? ਪਬਲਿਕ ਨੂੰ ਮੈਂ ਇਹੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਪੁਲਿਸ ਦੀ ਸਖਤੀ ਉਹਨਾਂ ਵਾਸਤੇ ਹੈ ਜਿਹੜੇ ਕਾਨੂੰਨ ਦੀ ਉਲੰਘਣਾ ਕਰਨਗੇ, ਜਿਹੜੇ ਕਰਫਿਊ ਦੀ ਉਲੰਘਣਾ ਕਰਨਗੇ, ਨਹੀਂ ਤਾਂ ਪੁਲਿਸ ਦੀ ਸਖਤੀ ਕਿਸੇ ਵਾਸਤੇ ਨਹੀਂ ਗੀ। ਪੁਲਿਸ ਹਰ ਵੇਲੇ ਉਹਨਾਂ ਦੀ ਮਦਦ ਲਈ ਤਿਆਰ ਹੈ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਕੋਈ ਦਿੱਕਤ ਹੈ, ਕੋਈ ਰਾਸ਼ਨ ਚਾਹੀਦਾ, ਜਦੋਂ ਮਰਜ਼ੀ ਕਾਲ ਕਰਨ, ਅਸੀਂ ਉਹਨਾਂ ਨੂੰ ਮੁਹੱਈਆ ਕਰਵਾਉਣਾ ਹੈ। ਬੁਲੰਦ ਟੀਵੀ ਦੇ ਲਈ ਸੁਨੀਲ ਕੋਸਲਾ ਦੀ ਰਿਪੋਰਟ।